ਰਾਤ ਹਨੇਰੀ ਮੀਂਹ ਤੇ ਗਲੇ ਪਏ ਆ, ਕੋਈ ਗਲੇ ਨੇ ਵੇਖੋ ਸੱਟੇ ਵੀ ਝਾੜਦੇ ਆ ਕਿ ਸਾਨੂੰ ਵੇਖ ਵੇਖ ਕੇ ਰੋਣ ਆਉਣ ਰਿਹਾ ਫਸਲ ਦਾ, ਕਿ ਫਸਲ ਦਾ ਬਹੁਤ ਨੁਕਸਾਨ ਹੋਇਆ ਵਾ, ਖਰਚਾ ਚੜਿਆ ਵਾ, ਠੇਕਿਆਂ ਦੇ ਪੈਲੀਆਂ ਲਈਆਂ ਵਾ, ਠੇਕੇ ਕਿੱਥੋਂ ਪੂੜੇ ਹੋਣਗੇ, ਸਾਡੇ ਕੋਲ ਕੋਈ ਦਾਣਾ ਕੁਝ ਕੋਈ ਦਾਣਾ ਨਾੜ ਰਿਹਾ ਹੀ ਨਹੀਂ ਗਿਆ, ਹੁਣ 60-60 ਹਜ਼ਾਰ ਰੁਪਏ ਠੇਕੇ 'ਤੇ ਪੈਲੀ ਲਈ ਹੋਈ ਆ। ਕੁਦਰਤੀ ਮਾਰ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਕਿਸਾਨੀ ਨੂੰ ਜੋ ਹੈ ਝੰਜੋੜ ਕੇ ਰੱਖ ਦਿੱਤਾ ਹੈ। ਔਰ ਮੈਂ ਗੱਲ ਕਰ ਰਿਹਾ ਜ਼ਿਲ੍ਹੇ ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਨਾਲ ਲੱਗਦੇ ਇਲਾਕੇ ਦੀ, ਜਿੱਥੇ ਕਿ ਬੀਤੀ ਰਾਤ ਗੜੇਮਾਰੀ ਅਤੇ ਤੇਜ਼ ਬਰਸਾਤ ਹੋਈ ਹੈ, ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਕੀ ਹੋਈ ਕਣਕ ਜਿਹੜੀ ਹੈ ਉਹ ਬਿਲਕੁਲ ਜ਼ਮੀਨ ਦੇ ਉੱਤੇ ਵੇਚ ਚੁੱਕੀ ਹੈ। ਇਹ ਜਿਹੜੇ ਦ੍ਰਿਸ਼ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਜ਼ਿਲ੍ਹੇ ਗੁਰਦਾਸਪੁਰ ਦੇ ਹਾਲਾਤ ਨੇ ਕਿ ਬੀਤੀ ਦਿਨ ਜਿਹੜੀ ਹੋਈ ਬਰਸਾਤ ਹੈ, ਗੜੇਮਾਰੀ ਹੈ, ਉਸਦੇ ਕਾਰਨ ਕਣਕ ਦੀ ਫਸਲ ਜੋ ਕਿ ਪੱਕ ਕੇ ਤਿਆਰ ਹੋ ਚੁੱਕੀ ਸੀ, ਔਰ ਕਿਸਾਨ ਹੁਣ ਇਹ ਆਸਵੰਦ ਸੀ ਕਿ ਉਹ ਇਹ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਜਾਵੇਗਾ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ, ਪਰ ਇਹ ਕੁਦਰਤੀ ਆਫਤ ਫਿਰ ਇੱਕ ਵਾਰੀ ਕਿਸਾਨੀ ਦੇ ਉੱਤੇ ਪਈ ਹੈ, ਜਿਸ ਕਾਰਨ ਜੋ ਹੈ ਕਣਕ ਦੀ ਫਸਲ ਜਿਹੜੀ ਇਸ ਵਕਤ ਜ਼ਮੀਨ ਦੇ ਉੱਤੇ ਵੇਚ ਚੁੱਕੀ ਹੈ, ਨੁਕਸਾਨ ਹੋਇਆ। ਕਿਸਾਨ ਮੇਰੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕਿਸਾਨੀ ਵੈਸੇ ਹੀ ਘਾਟੇਬੰਦ ਹੋਈ ਜਾਂਦੀ ਹੈ, ਬਾਕੀ ਸੂਬਾ ਜਿਹੜਾ ਇਹ ਕਿਸਾਨੀ ਪ੍ਰਧਾਨ ਹੈ, ਕੀ ਮੰਨਦੇ ਹੋ ਕਿ ਕਿੰਨਾ ਜਿਹੜਾ ਨੁਕਸਾਨ ਹੈ ਫਿਰ ਜਿਹੜੀ ਹੈ ਕੱਲ੍ਹ ਕੁਦਰਤੀ ਆਫਤ ਆਈ ਉਸ ਤੋਂ ਬਾਅਦ ਹੋਇਆ? ਇਹ ਵੇਖੋ, ਪੁੱਤਾਂ ਵਾਂਗ ਪਾਲੀ ਫਸਲ ਦਿਨ ਰਾਤ ਮਿਹਨਤਾਂ ਕਰਕੇ ਸਿਖਰ 'ਤੇ ਹੀ ਹੁਣ ਵੱਢਣ ਦੀ ਤਿਆਰੀ ਸੀ, ਕੋਈ ਰਾਤ ਹਨੇਰੀ ਮੀਂਹ ਅਤੇ ਗਲੇ ਪਏ ਆ, ਕੋਈ ਗਲੇ ਨੇ ਵੇਖੋ ਸੱਟੇ ਵੀ ਝਾੜਦੇ ਆ ਕਿ ਸਾਨੂੰ ਵੇਖ ਵੇਖ ਕੇ ਰੋਣ ਆਉਣ ਰਿਹਾ ਫਸਲ ਦਾ, ਕਿ ਫਸਲ ਦਾ ਬਹੁਤ ਨੁਕਸਾਨ ਹੋਇਆ ਵਾ, ਖਰਚਾ ਚੜਿਆ ਵਾ, ਠੇਕਿਆਂ ਦੇ ਪੈਲੀਆਂ ਲਈਆਂ ਵਾ, ਠੇਕੇ ਕਿੱਥੋਂ ਪੂੜੇ ਹੋਣਗੇ। ਬਾਕੀ ਪਿਛਲੇ ਸਾਲ ਵੀ ਨੁਕਸਾਨ ਹੋਇਆ ਸੀ, ਮੁਆਵਜ਼ਾ ਗਰਦੌੜੀਆਂ ਹੋਈਆਂ, ਪਰ ਸਰਕਾਰਾਂ ਨੇ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਹਜੇ ਤੱਕ ਵੀ, ਪਰ ਰੱਬ ਵੀ ਸਾਡੇ ਨਾਲ ਬੇਅੰਤ ਕਰਨ ਰਿਹਾ ਵਾ ਕਿ ਐਰਕਾ ਫਿਰ ਰੱਬ ਨੇ ਪੱਕੀ ਫਸਲ 'ਤੇ ਫਿਰ ਨੁਕਸਾਨ ਕਰਤਾ ਵਾ, ਪਰ ਇਹ ਹੁਣ ਜੱਟ ਕੀ ਕਾਰਨ ਦਵਾਈਆਂ ਨਾ ਖਾਣ, ਆਤਮਹੱਤਿਆ ਨਾ ਕਰਨ, ਤੂੰ ਹੋਰ ਕੀ ਕਾਰਨ, ਫਿਰ ਕਹਿੰਦੇ ਕਿਸਾਨ ਮਰੀ ਜਾਂਦੇ ਆ, ਦਵਾਈਆਂ ਖਾਈ ਜਾਂਦੇ ਆ, ਜਦੋਂ ਪੱਕੀ ਫਸਲ ਗਲੇ ਮਾਰੀ ਪੈ ਗਈ, ਨੁਕਸਾਨ ਹੋ ਗਿਆ, ਸਰਕਾਰਾਂ ਕੁਝ ਕਰਦੀਆਂ ਨਹੀਂ, ਹੈਲਪ ਨਹੀਂ ਕਰਦੀਆਂ, ਪਿਛਲੇ ਨਹੀਂ ਮਿਲੇ ਤਾਂ ਅਸੀਂ ਗਾਂਹ ਕੀ ਆਸ ਰੱਖ ਸਕਦੇ ਹਾਂ ਕਿ ਅਸੀਂ ਤਾਂ ਆਪ ਕਹਿੰਦੇ ਉਹਨੂੰ ਵੋਟਾਂ ਆ ਗਈਆਂ, ਹੁਣ ਹੀ ਸਾਨੂੰ ਦੇ ਦਿਓ, ਪਰ ਹੁਣ ਵੀ ਆਸ ਨਹੀਂ ਸਰਕਾਰਾਂ ਤੋਂ ਰਾਤ ਦੇ ਕਿ ਕੁਝ ਦੇਣਗੇ, ਪਰ ਰੱਬ ਵੀ ਕੁਝ ਨਹੀਂ ਸਾਡੇ ਵੱਲ, ਰੱਬ ਵੀ ਬਹੁਤ ਬੇਅੰਤ, ਰਾਤ ਦੀ ਹਨੇਰੀ ਗਲੇ ਨੇ ਬਹੁਤ ਨੁਕਸਾਨ ਕੀਤਾ। ਬਿਲਕੁਲ, ਕਿਤੇ ਨਾ ਕਿਤੇ ਆਸ ਹੁੰਦੀ ਹੈ, ਟੇਕ ਹੁੰਦੀ ਹੈ, ਵੋਟਾਂ ਲਈਆਂ ਹੁੰਦੀਆਂ ਨੇ, ਔਰ ਸਰਕਾਰ ਦੇ ਉੱਤੇ ਇਹ ਟੇਕ ਹੁੰਦੀ ਹੈ ਕਿ ਜੇ ਇਹੀ ਕੋਈ ਆਫਤ ਆ ਜਾਏ, ਕੁਦਰਤੀ ਫੰਡ ਹੁੰਦੇ ਨੇ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ। ਕੀ ਮੰਨਦੇ ਹੋ ਕਿੰਨਾ ਕੁ ਨੁਕਸਾਨ ਜਿਹੜਾ ਹੈ ਪੈਲੀਆਂ ਦੇ ਵਿੱਚ, ਜਿਵੇਂ ਉਹਨਾਂ ਦੱਸਿਆ ਕਿ 50,000 ਤੇ ਠੇਕੇ 'ਤੇ ਵੀ ਪੈਲੀਆਂ ਲਈਆਂ ਨੇ, ਹੁਣ ਕਿੰਨਾ ਕੁ ਨੁਕਸਾਨ ਜਿਹੜਾ ਇਸ ਵਕਤ? ਇਹਦੇ ਘੱਟੋ ਘੱਟ ਵੀ ਤਾਂ 70-80% ਜਿਹੜਾ ਨੁਕਸਾਨ ਇਹਦਾ ਸਿੱਟਿਆਂ ਦਾ ਹੋ ਚੁੱਕਾ ਜੀ ਪੂਰਾ। ਦੇਖੋ ਕੋਈ ਦਾਣਾ, ਦੇਖੋ ਜੀ ਕੋਈ ਦਾਣਾ ਨਾੜ ਰਿਹਾ ਹੀ ਨਹੀਂ ਗਿਆ, ਹੁਣ 60-60 ਹਜ਼ਾਰ ਰੁਪਏ ਠੇਕੇ 'ਤੇ ਪੈਲੀ ਲਈ ਹੋਈ ਆ, ਅਤੇ ਇਹਦੇ ਵਿੱਚੋਂ ਕੀ ਕਹੂਗਾ, ਕਮਾਊਗਾ ਅਤੇ ਕੀ ਖਾਊਗਾ ਜੀ? ਇਸ ਕਰਕੇ ਆਪਾਂ ਤਾਂ ਸਰਕਾਰਾਂ ਨੂੰ ਆਉਂਦੇ ਆਓ, ਆ ਕੇ ਚੈੱਕ ਕਰੋ ਅਤੇ ਆ ਕੇ ਜੋ ਇਹਦਾ ਮੁਆਵਜ਼ਾ ਬਣਦਾ ਵਾ, ਜੇ ਵਾਅਦਾ ਕਰਦੇ ਆ ਅਤੇ ਆ ਕੇ ਦੱਸਣ, ਆ ਕੇ ਸਾਨੂੰ ਇੱਥੇ ਵੀ ਆ ਲਓ ਬਈ, ਜੋ ਵੀ ਹੈਗਾ ਸਾਡਾ ਜੋ ਪੂਰਾ ਮੁਆਵਜ਼ਾ ਸਾਨੂੰ ਦੇਣ ਇੱਥੇ ਆ ਕੇ ਜੀ, ਅਤੇ ਫਿਰ ਹੀ ਆਪਾਂ ਅੱਗੇ ਜਾ ਕੇ ਇਹਨਾਂ ਨੂੰ ਮੰਨਾਂਗੇ ਵੀ ਠੀਕ ਆ, ਵੀ ਸਰਕਾਰ ਆਪਣੇ ਥਾਂ 'ਤੇ ਠੀਕ ਹੈ ਜੀ। ਬਿਲਕੁਲ, ਕਿਉਂਕਿ ਕਿਸਾਨ ਜਿਹੜੀ ਹੈ ਜ਼ਮੀਨ ਦੇ ਵਿੱਚ ਜਿਹੜੀ ਆ ਪੁੱਤਾਂ ਵਾਂਗੂ, ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਫਸਲ ਪੈਲੀ ਹੁੰਦੀ ਆ ਔਰ ਰੱਬ ਦੇ ਆਸਰੇ 'ਤੇ ਹੁੰਦੀ ਆ, ਚਲੋ ਰੱਬ ਵੱਲੋਂ ਜੇ ਕੋਈ ਕਰੋਪੀ ਹੋਈ ਹੈ ਤਾਂ ਉਸ ਤੋਂ ਬਾਅਦ ਆਸ ਹੋ ਜਾਂਦੀ ਹੈ ਇਸ ਇਹਨਾਂ ਸਰਕਾਰਾਂ 'ਤੇ ਜੋ ਕਿ ਇਹ ਟੈਕਸ ਲੈਂਦੀਆਂ ਨੇ ਔਰ ਜਿਹੜੀ ਇਹ ਵਾਅਦੇ ਕਰਦੀਆਂ ਨੇ ਕਿ ਕਿਸਾਨੀ ਦੀ ਬਾਂਹ ਫੜੀ ਜਾਵੇਗੀ, ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਉਹਨਾਂ ਨੇ ਦੱਸਿਆ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਸਾਡਾ ਹੋ ਗਿਆ, 70-80% ਤੋਂ ਲੱਗਦਾ ਲਗਭਗ ਜਿਹੜੇ ਨੇ ਉਹ ਦਾਣੇ ਸਿੱਟੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ, ਔਰ ਪਿਛਲੀ ਵਾਰ ਵੀ ਉਹਨਾਂ ਨੇ ਇਹ ਕਿਹਾ ਕਿ ਗਰਦਾਵਰੀਆਂ ਹੋਈਆਂ ਸੀ ਜਦੋਂ ਨੁਕਸਾਨ ਹੋਇਆ ਸੀ ਪਰ ਉਸ ਦਾ ਮੁਆਵਜ਼ਾ ਨਹੀਂ ਮਿਲਿਆ, ਅਤੇ ਹੁਣ ਫਿਰ ਇੱਕ ਵਾਰੀ ਉਹ ਸਰਕਾਰ ਦੇ ਉੱਤੇ ਟੇਕ ਲਾ ਕੇ ਬੈਠੇ ਨੇ ਕਿ ਸਰਕਾਰ ਹੁਣ ਆਵੇ ਔਰ ਇਸ ਦੀ ਵਿਸ਼ੇਸ਼ ਗਰਦਾਵਰੀ ਕਰਾਵੇ ਤਾਂ ਜੋ ਕਿ ਉਹਨਾਂ ਦੀ ਨੁਕਸਾਨ ਦੀ ਭਰਪਾਈ ਹੋ ਸਕੇ। ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ, PTC ਨਿਊਜ਼, ਗੁਰਦਾਸਪੁਰ।